ਸੀਆਈਏ ਸਟਾਫ ਤਰਨਤਾਰਨ ਨੇ ਇੱਕ ਝੋਲਾ ਛਾਪ ਡਾਕਟਰ ਪਾਸੋਂ ਵੱਡੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਨੇ। ਐਸਪੀਡੀ ਤਿਲਕਰਾਜ ਨੇ ਇੱਕ ਖੁਲਾਸਾ ਪ੍ਰੈਸ ਕਾਨਫਰੰਸ ਵਿੱਚ ਕਰਦਿਆਂ ਦੱਸਿਆ ਕਿ ਪਿੰਡ ਸੈਦੋ ਦੇ ਮੇਨ ਚੌਂਕ ਵਿੱਚ ਨਾਕਾਬੰਦੀ ਦੇ ਦੌਰਾਨ ਇੱਕ ਸ਼ੱਕੀ ਆਦਮੀ ਪਾਸੋਂ ਪੁੱਛਗਿੱਛ ਕਰਨ ਤੇ ਉਸਨੇ ਦੱਸਿਆ ਕਿ ਉਹ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦਾ ਹੈ ਅਤੇ ਉਸਦੇ ਘਰ ਵਿੱਚੋਂ ਪੁਲਿਸ ਨੇ 16,800 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏਐਸਏ ਨਿਰਿੰਦਰ ਸਿੰਘ ਸੀਏ ਸਟਾਫ ਤਰਨਤਾਰਨ ਨੇ ਸੈਦੋ ਪਿੰਡ ਦੇ ਵਿੱਚ ਪਾਣੀ ਵਾਲੀ ਟੈਂਕੀ ਕੋਲ ਨਾਕਾ ਲਾਇਆ ਸੀ, ਜਿੱਥੇ ਮੁਖਰ ਖਾਸ ਨੇ ਇਤਲਾਹ ਦਿੱਤੀ ਕਿ ਜਿਹੜਾ ਭਗਵਾਨ ਸਿੰਘ ਹੈ ਪਿੰਡ ਜੌਰ ਸਿੰਘ ਵਾਲਾ, ਇਹ ਨਸ਼ੀਲੀਆਂ ਦਵਾਈਆਂ ਝੋਲਾ ਛਾਪ ਡਾਕਟਰ ਹੈ, ਨਸ਼ੀਲੀਆਂ ਦਵਾਈਆਂ ਆਪਣੇ ਘਰ ਵਿੱਚ ਰੱਖ ਕੇ ਵੇਚਦਾ ਆ, ਜਿਸ 'ਤੇ ਉਸਨੇ ਸੋਹਣ ਸਿੰਘ DSP ਸਾਹਿਬ ਸਬ ਡਿਵੀਜ਼ਨ ਪੱਟੀ ਨੂੰ ਮੌਕਾ 'ਤੇ ਬੁਲਾ ਕੇ ਉਹਨੂੰ ਗ੍ਰਿਫਤਾਰ ਕਰਕੇ ਉਹਦੇ ਕਬਜ਼ੇ ਵਿੱਚੋਂ 16,800 ਦੇ ਕਰੀਬ ਗੋਲੀਆਂ ਬਰਾਮਦ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਅਤੇ ਉਸਨੂੰ ਗ੍ਰਿਫਤਾਰ ਕਰਕੇ ਉਹ 'ਤੇ ਮੁਕੱਦਮਾ ਦਰਜ ਕੀਤਾ।